ਅੱਗੇ ਵਰਕਸ਼ਾਪ ਦੇ ਵਿੱਚ ਕੋਈ ਵੀ ਤੇਲ ਗਰੀਸ ਜਾਂ ਕੋਈ ਵੀ ਚਿਕਨਾਹਟ ਵਾਲੀ ਚੀਜ਼ ਹੈ ਜਿਹੜੀ ਫਰਸ਼ ਦੇ ਉੱਤੇ ਨਹੀਂ ਗਿਰੀ ਹੋਣੀ ਚਾਹੀਦੀ, ਕਿਉਂਕਿ ਫਰਸ਼ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਸਾਨੂੰ, ਕਿਉਂਕਿ ਜੇਕਰ ਸਾਡੀ ਵਰਕਸ਼ਾਪ ਹੈ ਜਿਹੜੀ ਸਾਫ਼ ਸੁਥਰੀ ਨਹੀਂ ਹੋਊਗੀ, ਵਰਕਸ਼ਾਪ ਦੇ ਵਿੱਚ ਸਾਡੇ ਗੰਦ ਪਿਆ ਹੋਊਗਾ, ਤਾਂ ਸਾਡਾ ਬੰਦਾ ਹੈ ਜਿਹੜਾ ਉੱਥੇ ਕੋਈ ਵੀ ਵਰਕਰ ਹੈ ਉਹ ਡਿੱਗ ਸਕਦਾ, ਉਹਦੇ ਸੱਟ ਲੱਗ ਸਕਦੀ ਹੈ ਜਾਂ ਹੋਰ ਵੀ ਕੋਈ ਸਾਡਾ ਨੁਕਸਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਸਾਡੇ ਜਿਹੜੇ ਅੱਗੇ ਕੁਛ ਰਿਕੁਆਇਰਮੈਂਟਸ ਹੈਗੀਆਂ ਉਹ ਹੈਗਾ, ਵਰਕਸ਼ਾਪ ਦੇ ਵਿੱਚ ਕਦੇ ਵੀ ਸਿਗਰਟ ਬੀੜੀ ਜਾਂ ਅੱਗ ਨਹੀਂ ਜਲਾਉਣੀ ਹੈਗੀ। ਜੇਕਰ ਤੁਸੀਂ ਇਸ ਤਰ੍ਹਾਂ ਦੇ ਕੋਈ ਕਰਦੇ ਹਾਂ ਤਾਂ ਉਹਦੇ ਨਾਲ ਵਰਕਸ਼ਾਪ ਦੇ ਵਿੱਚ ਅੱਗ ਲੱਗ ਸਕਦੀ ਆ। ਵਰਕਸ਼ਾਪ ਦੇ ਕਿਉਂਕਿ ਉੱਥੇ ਜਿੰਨੇ ਵੀ ਤੇਲ ਤਰਲ ਪਦਾਰਥ ਹੈ ਗਿਰੇ ਹੋਏ ਹੈ ਉਹ ਸਾਰੇ ਹੀ ਅੱਗ ਪਕੜਨ ਵਾਲੇ ਹੁੰਦੇ ਆ, ਜਿਵੇਂ ਗੈਸ ਸਾਡੇ ਕੋਲ ਡੀਜ਼ਲ ਹੋ ਗਿਆ, ਪੈਟਰੋਲ ਹੋ ਗਿਆ ਜਾਂ ਮਿੱਟੀ ਦਾ ਤੇਲ ਹੋ ਗਿਆ, ਇਹ ਸਾਰੇ ਹੀ ਚਾਹੇ ਓਇਲ ਵੀ ਹੈ ਭਾਵੇਂ ਉਸਨੂੰ ਦੇਰੀ ਨਾਲ ਅੱਗ ਪਕੜਦਾ, ਪਰੰਤੂ ਜਦੋਂ ਵਰਕਸ਼ਾਪ ਦੇ ਵਿੱਚ ਕਿਸੇ ਕਾਰਨ ਅੱਗ ਲੱਗ ਗਈ ਤਾਂ ਸਾਰੇ ਪਾਰਟਸ ਆ ਜਿਹੜੇ ਉਹ ਝੁਲਸ ਜਾਣਗੇ, ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਵਰਕਸ਼ਾਪ ਦੇ ਵਿੱਚ ਕੰਮ ਕਰਦੇ ਸਮੇਂ ਹਮੇਸ਼ਾ ਹੈਲਮਟ ਪਹਿਨ ਕੇ, ਖਾਸ ਤੌਰ 'ਤੇ ਉਦੋਂ ਜਦੋਂ ਗੱਡੀ ਦੀ ਬਾਡੀ ਦੇ ਥੱਲੇ ਤੁਸੀਂ ਪੈ ਕੇ ਕੰਮ ਕਰਦੇ ਹਾਂ ਜਾਂ ਬੈਠ ਕੇ ਕੰਮ ਕਰਦੇ ਹਾਂ ਤਾਂ ਉਸ ਸਮੇਂ ਤੁਹਾਡੇ ਸਿਰ ਦੇ ਉੱਤੇ ਹੈਲਮਟ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰੀ ਅਚਾਨਕ ਉੱਪਰੋਂ ਕੋਈ ਚੀਜ਼ ਡਿੱਗ ਜਾਂਦੀ ਹੈ ਤਾਂ ਸਾਡੇ ਸਿਰ ਨੂੰ ਵਿੱਚ ਨੂੰ ਨੁਕਸਾਨ ਕਰ ਸਕਦੀ ਹੈ, ਘਾਓ ਸਾਡੇ ਸਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਜ਼ਖਮ ਵਗੈਰਾ ਹੋ ਸਕਦੀ ਹੈ ਜਾਂ ਸਾਨੂੰ ਚੋਟ ਪੇਟ ਲੱਗ ਸਕਦੀ ਹੈ। ਇਸ ਤੋਂ ਇਲਾਵਾ ਇਹ ਜਿਹੜਾ ਹੈਲਮਟ ਹੈ ਇਸ ਦੇ ਨਾਲ ਸਾਡੇ ਹੋਰ ਵੀ ਜਦੋਂ ਅਸੀਂ ਕਈ ਵਾਰੀ ਅਚਾਨਕ ਗੱਡੀ ਦੇ ਥੱਲੇ ਪਏ ਉੱਠ ਖੜ੍ਹਦੇ ਹਾਂ ਤਾਂ ਉੱਥੋਂ ਕੋਈ ਵੀ ਤਿੱਖੀ ਤੇਜ਼ ਧਾਰ ਵਾਲੀ ਚੀਜ਼ ਸਾਡੇ ਸਿਰ ਵਿੱਚ ਵੱਜਣ ਤੋਂ ਬਚ ਸਕਦੀ ਹੈ। ਇਸ ਕਰਕੇ ਗੱਡੀ ਵਿੱਚ ਗੱਡੀ ਦੇ ਹਮੇਸ਼ਾ ਜਾਂ ਗੱਡੀ ਦੇ ਥੱਲੇ ਕੰਮ ਕਰਦੇ ਸਮੇਂ ਹੈਲਮਟ ਪਹਿਣ ਕੇ ਕੰਮ ਕਰਨਾ ਚਾਹੀਦਾ, ਅਤੇ ਗੱਡੀ ਦੇ ਵਿੱਚ ਹਮੇਸ਼ਾ ਕੰਮ ਕਰਨ ਸਮੇਂ ਜਾਂ ਵਰਕਸ਼ਾਪ ਦੇ ਵਿੱਚ ਕੰਮ ਕਰਦੇ ਸਮੇਂ ਸੇਫਟੀ ਸ਼ੂਜ਼ ਆ ਜਿਹੜੇ ਪਾ ਕੇ ਜਾਣੇ ਚਾਹੀਦੇ ਆ, ਕਿਉਂਕਿ ਵਰਕਸ਼ਾਪ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਉੱਥੇ ਕਈ ਵਾਰੀ ਕੋਈ ਪਾਰਟ ਥੱਲੇ ਗਿਰਿਆ ਹੋ ਸਕਦਾ ਹੈ ਜਿਹੜੇ ਕਿ ਤਿੱਖੀ ਵੀ ਹੋ ਸਕਦੇ ਆ, ਤੁਹਾਡੇ ਪੈਰ ਨੂੰ ਵੀ ਵਿੱਚ ਵੀ ਜ਼ਖਮ ਕਰ ਸਕਦੀ ਹੈ, ਤੁਹਾਨੂੰ ਹੋਰ ਚੋਟ ਲਗਾ ਸਕਦਾ ਹੈ। ਉਸ ਤੋਂ ਬਾਅਦ ਸਾਨੂੰ ਹਮੇਸ਼ਾ ਜਿਹੜੇ ਕੰਮ ਦੇ ਅਨੁਸਾਰ ਟੂਲਾਂ ਦੀ ਚੋਣ ਕਰਨੀ ਚਾਹੀਦੀ ਹੈ। ਹੁਣ ਜਿਵੇਂ ਸਾਡੇ ਕੋਲ ਕੋਈ ਵੀ ਕੰਮ ਕਰਨਾ ਹੈ ਤਾਂ ਉਹ ਕੰਮ ਕਰਨ ਲਈ ਟੂਲ ਜਿਹੜੇ ਪਹਿਲੇ ਜਾਂ ਟੂਲ ਬਾਕਸ ਟੂਲ ਆਪਣੇ ਕੋਲ ਪਹਿਲੇ ਹੀ ਰੱਖ ਲੈਣੇ ਚਾਹੀਦੇ ਆ, ਇਹ ਨਾ ਹੋਵੇ ਕਿ ਸਾਨੂੰ ਵਾਰ ਵਾਰ ਟੂਲ ਲੈਣ ਲਈ ਉੱਥੋਂ ਜਾਣਾ ਪਵੇ, ਕਿਉਂਕਿ ਇਸ ਦੇ ਨਾਲ ਸਾਡਾ ਸਮਾਂ ਬਰਬਾਦ ਹੋਵੇਗਾ ਅਤੇ ਸਾਡਾ ਕੰਮ ਵੀ ਡਿਲੇ ਹੋਵੇਗਾ, ਅਤੇ ਸਾਡਾ ਜ਼ਿਆਦਾ ਸਮਾਂ ਜਿਹੜਾ ਉਸ ਟੂਲਾਂ ਨੂੰ ਲਿਆਉਣ ਵਿੱਚ ਹੀ ਲੱਗ ਜਾਵੇਗਾ। ਇਸ ਕਰਕੇ ਜਦੋਂ ਵੀ ਕੋਈ ਕੰਮ ਕਰਨਾ ਤਾਂ ਉਹ ਪਹਿਲਾਂ ਉਸਦੀ ਟੂਲਾਂ ਦਾ ਅੰਦਾਜ਼ਾ ਲਓ ਵੀ ਇਹ ਨਾ ਇਸ ਕੰਮ ਕਰਨ ਵਾਸਤੇ ਫਲਾਣੇ ਫਲਾਣੇ ਟੂਲ ਦੀ ਜਿਹੜੀ ਜਾਂ ਇਸ ਟੂਲ ਦੀ ਰਿਕੁਆਇਰਮੈਂਟ ਕੀ ਲੋੜ ਹੈਗੀ, ਤਾਂ ਉਹਨਾਂ ਨੂੰ ਪਹਿਲਾਂ ਹੀ ਆਪਣੇ ਨਾਲ ਲੈ ਕੇ ਜਾਓ ਅਤੇ ਆਪਣੇ ਕੋਲ ਰੱਖੋ, ਅਤੇ ਉਹ ਟੂਲ ਹੈ ਜਿਹੜਾ ਉਹਨਾਂ ਦੀ ਚੋਣ, ਜਿਵੇਂ ਸਾਡੇ ਕੋਲ ਫਰਜ਼ ਕਰੋ ਅਸੀਂ ਕੋਈ ਬੋਲਟ ਟਾਈਟ ਕਰਨਾ ਤਾਂ ਉਹਦੀ ਚੋਣ ਕਰੋ ਕਿ ਇਹ ਜਿਹੜਾ ਬੋਲਟ ਹੈ ਕੀ ਰਿੰਗ ਸਪੈਨਰ ਨਾਲ ਟਾਈਟ ਹੋਣੇ ਵਾਲਾ ਹੈ ਜਾਂ ਟਾਰਕ ਰੈਂਚ ਨਾਲ ਟਾਈਟ ਹੋਣੇ ਵਾਲਾ ਹੈ ਜਾਂ ਐਡਜਸਟੇਬਲ ਰੈਂਚ ਨਾਲ ਟਾਈਟ ਹੋਣੇ ਵਾਲਾ ਹੈ, ਕਿ ਉਸ ਨੂੰ ਕਿੰਨਾ ਕੁ ਉਸਦੇ ਉੱਤੇ ਜ਼ੋਰ ਲਾਉਣਾ ਹੈ, ਤਾਂ ਉਸ ਮੁਤਾਬਕ ਹਮੇਸ਼ਾ ਟੂਲ ਦੀ ਚੋਣ ਕਰੋ, ਕਿਉਂਕਿ ਜੇਕਰ ਤੁਸੀਂ ਮੇਨ ਬਿਗਰਾਂ ਦੇ ਜਾਂ ਬਿਗੈਂਡਾਂ ਦੇ ਤੁਸੀਂ ਨਟ ਟਾਈਟ ਕਰਦੇ ਹਾਂ ਜਾਂ ਨਟ ਬੋਲਟ ਟਾਈਟ ਕਰਦੇ ਹਾਂ ਤਾਂ ਤੁਸੀਂ ਉਹਨਾਂ ਨੂੰ ਟਾਰਕ ਰੈਂਚ ਬਿਨਾਂ ਨਹੀਂ ਟਾਈਟ ਕਰ ਸਕਦੇ, ਕਿਉਂਕਿ ਟਾਰਕ ਰੈਂਚ ਦੇ ਨਾਲ ਸਾਰੇ ਜਿਹੜੇ ਨਟ ਬੋਲਟ ਹੈ ਇਹ ਇੱਕੋ ਜਿਹੀ ਖਿਚਾਈ ਦੇ ਨਾਲ ਇੱਕੋ ਜਿਹੇ ਟਾਰਕ ਦੇ ਨਾਲ ਜਿਹੜੇ ਕਸੇ ਜਾ ਸਕਦੇ ਹਨ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਬੋਲਟ ਢਿੱਲਾ ਜਾਂ ਢਿੱਲਾ ਨਾ ਰਹਿ ਜਾਵੇ ਅਤੇ ਜ਼ਿਆਦਾ ਟਾਈਟ ਹੋਣ 'ਤੇ ਇਹ ਬੋਲਟ ਟੁੱਟ ਵੀ ਸਕਦਾ ਹੈ। ਅੱਗੇ ਚੱਲਦੀ ਹੋਈ ਮਸ਼ੀਨ ਦੇ ਉੱਤੇ ਕੰਮ ਨਹੀਂ ਕਦੇ ਵੀ ਕਰਨਾ ਚਾਹੀਦਾ, ਚਾਹੇ ਉਹ ਵਰਕਸ਼ਾਪ ਦੇ ਵਿੱਚ ਟਰੈਕਟਰ ਚੱਲਦਾ ਹੈ, ਚਾਹੇ ਕੋਈ ਗੱਡੀ ਚੱਲਦੀ ਹੈ ਜਾਂ ਕੋਈ ਮਸ਼ੀਨ ਚੱਲਦੀ ਹੈ
ਕਦੇ ਵੀ ਵਰਕਸ਼ਾਪ ਦੇ ਵਿੱਚ ਚੱਲਦੀ ਹੋਈ ਮਸ਼ੀਨ ਦੇ ਉੱਤੇ ਕੰਮ ਨਹੀਂ ਕਰਨਾ। ਕਈ ਵਾਰੀ ਕੀ ਹੁੰਦਾ ਹੈ ਕਿ ਚੱਲਦੀ ਹੋਈ ਮਸ਼ੀਨ ਦੇ ਉੱਤੇ ਹੀ ਅਸੀਂ ਡੈਨਵੋ ਦੀ ਵੈਲਟ ਟਾਈਟ ਕਰਨ ਲੱਗ ਜਾਂਦੇ ਹਾਂ, ਤਾਂ ਉਸ ਸਮੇਂ ਸਾਡੇ ਉੱਤੇ ਹੱਥ ਨੂੰ ਸੱਟ ਲੱਗਣ ਦਾ ਜਾਂ ਸਾਡੀ ਉਂਗਲੀ ਵਿੱਚ ਆਉਣ ਦਾ, ਵੈਲਟ ਦੇ ਅੰਦਰ ਆਉਣ ਦਾ ਸਾਨੂੰ ਡਰ ਰਹਿੰਦਾ ਹੈ। ਅਤੇ ਇਸ ਤਰ੍ਹਾਂ ਕਰਕੇ ਕਦੇ ਵੀ ਚੱਲਦੀ ਮਸ਼ੀਨ ਨੂੰ ਨਹੀਂ ਛੇੜਨਾ ਚਾਹੀਦਾ। ਸਾਨੂੰ ਇਹ ਹੈਗਾ ਕਿ ਜਿਹੜੀ ਅਸੀਂ ਵਰਕਸ਼ਾਪ ਖੋਲ੍ਹਣੀ ਹੈ ਤਾਂ ਉਹ ਹਾਈਵੇ ਦੇ ਨੇੜੇ ਜਗ੍ਹਾ ਦੀ ਚੋਣ ਕਰੋ। ਇਹ ਹੋਵੇ ਕਿ ਜਿੱਥੇ ਹਾਈਵੇ ਦੀਆਂ ਗੱਡੀਆਂ ਲੰਘਦੀਆਂ, ਜੇ ਅਸੀਂ ਗੈਰਜ ਖੋਲ੍ਹਣਾ ਹੈ ਤਾਂ ਉਹ ਦੇਖੋ ਵੀ ਗੱਡੀਆਂ ਜਿੱਥੇ ਹਾਈਵੇ ਦੇ ਉੱਤੇ ਇਕਾਂਤ ਜਗ੍ਹਾ ਹੈ ਅਤੇ ਉੱਥੇ ਹਾਈਵੇ ਲੱਗਦਾ, ਉਸ ਦੇ ਉੱਤੇ ਜਗ੍ਹਾ ਦੀ ਚੋਣ ਕਰੋ। ਅਤੇ ਪਾਰਕਿੰਗ ਵਾਸਤੇ ਜਗ੍ਹਾ ਦੀ ਚੋਣ ਕਰੋ ਵੀ ਸਾਡੀ ਗੱਡੀਆਂ ਜਿਹੜੀਆਂ ਗੱਡੀਆਂ ਆਉਣਗੀਆਂ ਰਿਪੇਅਰ ਵਾਸਤੇ, ਕੀ ਉੱਥੇ ਗੱਡੀਆਂ ਤੁਹਾਡੀਆਂ ਲੱਗ ਸਕਦੀਆਂ, ਜਾਂ ਕੋਈ ਖਾਲੀ ਗੈਰਜ ਹੈਰ ਕਰੋ ਕਿ ਸਾਡੇ ਕੋਲ ਜੇ ਕਿਸੇ ਦਾ ਕੋਈ ਖਾਲੀ ਗੈਰਜ। ਕਈ ਵਾਰੀ ਕੀ ਹੁੰਦਾ ਕਿ ਗੈਰਜ ਕੋਈ ਬੰਦਾ ਚੱਲਦਾ ਗੈਰਜ ਬੰਦ ਕਰਕੇ ਛੱਡ ਜਾਂਦਾ ਕਿਸੇ ਪ੍ਰੋਬਲਮ ਕਰਕੇ ਚਲੇ ਗਿਆ, ਤਾਂ ਉਸ ਦੀ ਚੋਣ ਕਰੋ ਵੀ ਹਾਂ ਉਹਨੂੰ ਕਿਰਾਏ 'ਤੇ ਲੈ ਸਕਦੇ ਹਾਂ ਅਸੀਂ। ਚੱਲਦਾ ਗੈਰਜ ਕਿਰਾਏ 'ਤੇ ਲੈ ਲਓ, ਜਿੱਥੇ ਵੀ ਖੁੱਲ੍ਹੀ ਥਾਂ ਹੋਵੇ, ਪਾਰਕ ਦੀ ਕੋਈ ਪ੍ਰੋਬਲਮ ਨਾ ਆਵੇ, ਜਾਂ ਉਹਦੇ ਅਜਿਹੀ ਥਾਂ ਦੇਖੋ ਵੀ ਜਿੱਥੇ ਉਸਦੇ ਨਾਲ ਗੈਰਜ ਦੇ ਤੁਹਾਨੂੰ ਪਾਰਕਿੰਗ ਵਾਸਤੇ ਸੁਵਿਧਾ ਹਾਸਲ ਹੋ ਸਕੇ, ਵੀ ਤੁਸੀਂ ਇੱਥੇ ਗੱਡੀਆਂ ਖੜ੍ਹੀਆਂ ਕਰ ਸਕਦੇ ਹੋ। ਗੱਡੀਆਂ ਖੜਾਉਣ ਵਾਸਤੇ ਲੋੜ ਮੁਤਾਬਕ ਖੁੱਲ੍ਹੀ ਥਾਂ ਹੋਣੀ ਚਾਹੀਦੀ ਹੈ। ਜਿਹੜੀ ਵਰਕਸ਼ਾਪ ਅਸੀਂ ਕਰਨ ਜਾ ਰਹੇ ਹਾਂ ਉਹ ਵਰਕਸ਼ਾਪ ਦੇ ਵਿੱਚ ਜਦੋਂ ਅਸੀਂ ਕਰਨੀ ਹੈ ਤਾਂ ਉਹ ਵਰਕਸ਼ਾਪ ਖੁੱਲ੍ਹੀ, ਹਵਾਦਾਰ ਅਤੇ ਰੋਸ਼ਨੀ ਵਾਲੀ ਹੋਣੀ ਚਾਹੀਦੀ ਹੈ। ਬਾਕੀ ਸਾਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਟੂਲਾਂ ਨਾਲ ਕੰਮ ਚਲਾਇਆ ਸਕਦਾ। ਜਦੋਂ ਅਸੀਂ ਕੋਈ ਛੋਟੀ ਕੰਮ ਕਰਨਾ ਚਾਹੁੰਦੇ ਹਾਂ, ਕੋਈ ਛੋਟੀ ਵਰਕਸ਼ਾਪ ਕਰਨੀ ਹੈ, ਤਾਂ ਸਾਨੂੰ ਕੁਝ ਜਿਹੜੇ ਪਹਿਲੇ ਮੁੱਢਲੇ ਜ਼ਰੂਰੀ ਟੂਲ ਹੈ ਉਹਨਾਂ ਦੇ ਨਾਲ ਵੀ ਕੰਮ ਚਲਾਇਆ ਸਕਦਾ। ਪਰ ਜਿਹੜੀ ਮਹਿੰਗੀ ਮਸ਼ੀਨਰੀ ਹੈ ਤਾਂ ਉਸ ਨੂੰ ਬਾਅਦ 'ਚ ਅਸੀਂ ਇੰਸਟਾਲ ਕਰ ਸਕਦੇ ਹਾਂ, ਵੀ ਅਸੀਂ ਜੇ ਕੰਮ ਅਸੀਂ ਵਧਾਉਣਾ ਤਾਂ ਅਸੀਂ ਮਹਿੰਗੀ ਮਸ਼ੀਨਰੀ ਉਸ ਨੂੰ ਬਾਅਦ 'ਚ ਵੀ ਲਿਆ ਸਕਦੇ ਹਾਂ। ਅਤੇ ਬਾਕੀ ਜਦੋਂ ਅਸੀਂ ਕੰਮ ਸ਼ੁਰੂ ਕਰ ਲਿਆ ਤਾਂ ਲੋੜ ਮੁਤਾਬਕ ਅਸੀਂ ਦੇਖ ਸਕਦੇ ਹਾਂ ਵੀ ਸਾਨੂੰ ਇਸ ਟੂਲ ਦੀ ਘਾਟ ਆ ਰਿਹਾ ਸੀ, ਅਸੀਂ ਲੋੜ ਮੁਤਾਬਕ ਆਪਣਾ ਟੂਲ ਨੂੰ ਉਸ ਸਮੇਂ ਅਨੁਸਾਰ ਜਾਂ ਮੌਕੇ ਮੁਤਾਬਕ ਵੀ ਖਰੀਦਿਆ ਜਾ ਸਕਦਾ। ਬਾਕੀ ਮਸ਼ੀਨਰੀ ਦੀ ਚੋਣ ਅਨੁਸਾਰ, ਕੰਮ ਦੇ ਅਨੁਸਾਰ, ਜੇ ਕੋਈ ਵਿਅਕਤੀ ਕੰਮ ਕਰਨਾ ਚਾਹੁੰਦਾ ਵੀ ਮੈਂ ਆਹ ਕੰਮ ਕਰਨਾ ਚਾਹੁੰਦਾ, ਵੀ ਗੱਡੀ ਦੇ ਵਿੱਚ ਮੈਂ ਜੇ ਫਰਜ਼ ਕਰ ਲਓ ਕੋਈ ਬੰਦਾ ਸਿਰਫ ਬ੍ਰੇਕਾਂ ਦਾ ਅਤੇ ਵੀਲ ਅਤੇ ਵੀਲ ਵੀਲਾਂ ਨੂੰ ਗਰੀਸਿੰਗ ਕੰਮ ਕਰਦਾ ਹੀ ਕੰਮ ਕਰਨਾ ਚਾਹੁੰਦਾ, ਤਾਂ ਸਾਨੂੰ ਬਹੁਤੇ ਟੂਲਾਂ ਦੀ ਕੋਈ ਲੋੜ ਨਹੀਂ ਹੈ। ਸਿਰਫ ਕੁਝ ਜਿਹੜੇ ਬੇਸਿਕ ਟੂਲ ਹੈ, ਜਿਵੇਂ ਬ੍ਰੇਕਾਂ ਵਾਸਤੇ ਸਾਡੇ ਕੋਲ ਸਪੈਨਰ ਸੈੱਟ ਹੋ ਗਿਆ, ਰਿੰਗ ਸਪੈਨਰ ਸੈੱਟ ਹੋ ਗਿਆ, ਜਾਂ ਪਲੈਰ ਹੋ ਗਿਆ, ਇਹਨਾਂ ਦੀ ਹੀ ਲੋੜ ਹੈ। ਇਸੇ ਤਰ੍ਹਾਂ ਬ੍ਰੇਕਾਂ ਵਾਸਤੇ ਵੀ ਇਹਨਾਂ ਟੂਲਾਂ ਦੇ ਨਾਲ ਕੰਮ ਚੱਲਦਾ, ਅਤੇ ਹੈਮਰ ਹੋ ਗਿਆ, ਲੌਂਗ ਨੋਜ਼ ਪਲੈਰ ਹੋ ਗਿਆ, ਸ਼ੀਜ਼ਲ ਹੋ ਗਈ, ਫਾਇਲ ਹੋ ਗਈ, ਇਹ ਥੋੜ੍ਹੇ ਜਿਹੇ ਟੂਲਾਂ ਦੇ ਨਾਲ ਅਸੀਂ ਜੇਕਰ ਅਸੀਂ ਛੋਟਾ ਕੰਮ ਕਰਨਾ ਚਾਹੁੰਦੇ ਹਾਂ, ਪਹਿਲਾਂ ਛੋਟੀ ਵਰਕਸ਼ਾਪ ਕਰਨੀ ਚਾਹੁੰਦੇ ਹਾਂ, ਤਾਂ ਇਹਨਾਂ ਟੂਲਾਂ ਦੇ ਨਾਲ ਵੀ ਸਾਡਾ ਕੰਮ ਚੱਲ ਸਕਦਾ। ਬਾਕੀ ਅਸੀਂ ਲੋੜ ਮੁਤਾਬਕ ਅਸੀਂ ਉਹ ਸਮਾਨ ਲਿਆ ਕੇ ਵਰਕਸ਼ਾਪ ਦੇ ਵਿੱਚ ਪਾ ਸਕਦੇ ਹਾਂ। ਜੇਕਰ ਹੁਣ ਅਸੀਂ ਵੱਡੀ ਵਰਕਸ਼ਾਪ ਕਰਨੀ ਚਾਹੁੰਦੇ ਹਾਂ, ਕੰਪਲੀਟ ਓਵਰਹਾਲਿੰਗ ਦੀ ਵਰਕਸ਼ਾਪ ਕਰਨੀ ਚਾਹੁੰਦੇ ਹਾਂ, ਵੱਡੀ ਗੈਰਜ ਖੋਲ੍ਹਣਾ ਚਾਹੁੰਦੇ ਹਾਂ, ਤਾਂ ਉਹਦੇ ਵਿੱਚ ਜਿਵੇਂ ਕਿ ਭਾਵ ਸਾਡੇ ਕੋਲ ਇੰਜਣ ਓਵਰਹਾਲਿੰਗ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚ ਅਸੀਂ ਇੰਜਣ ਓਵਰਹਾਲ ਵੀ ਕਰਨਾ ਚਾਹੁੰਦੇ ਹਾਂ, ਕਲੱਚ ਰਿਪੇਅਰ ਦਾ ਕੰਮ ਵੀ ਕਰਨਾ ਚਾਹੁੰਦੇ ਹਾਂ, ਗੇਅਰ ਬੋਕਸ ਰਿਪੇਅਰ ਕਰਨ ਦਾ ਕੰਮ ਵੀ ਕਰਨਾ ਹੈ, ਡਿਫਰੈਂਸ਼ੀਅਲ ਰਿਪੇਅਰ ਦਾ ਕੰਮ ਵੀ ਕਰਨਾ ਹੈ, ਹਾਈਡ੍ਰੋਲਿਕ ਸਿਸਟਮ ਵੀ ਰਿਪੇਅਰ ਕਰਨਾ ਹੈ, ਤਾਂ ਰਿਪੇਅਰ ਕੰਮ ਕਰਨ ਦਾ ਜਿਹੜਾ ਫਿਰ ਕੰਮ ਹੈ ਇਹ ਕੰਪਨੀ ਦੇ ਨਿਰਦੇਸ਼ਾਂ ਅਨੁਸਾਰ ਸਾਨੂੰ ਸ਼ੁਰੂ ਕਰਨਾ ਪਵੇਗਾ। ਸਾਰੇ ਟੂਲ ਹੈ ਜਿਹੜੇ ਇਕੁਪਮੈਂਟ ਅਤੇ ਮਸ਼ੀਨਰੀ ਫਿਰ ਸਾਨੂੰ ਖਰੀਦਣੀ ਪਵੇਗੀ। ਜੇਕਰ ਕੋਈ ਅਸੀਂ ਕਿਸੇ ਕੰਪਨੀ ਦੀ ਏਜੰਸੀ ਲੈਂਦੇ ਹਾਂ ਜਾਂ ਡੀਲਰਸ਼ਿਪ ਕਰਦੇ ਹਾਂ, ਤਾਂ ਅਸੀਂ ਰਿਪੇਅਰ ਦਾ ਕੰਮ ਕਰਦੇ ਹਾਂ, ਅਥੋਰਾਈਜ਼ ਡੀਲਰ ਬਣਨਾ ਚਾਹੁੰਦੇ ਹਾਂ, ਜਾਂ ਅਸੀਂ ਆਪਣਾ ਕੋਈ ਵੱਡੀ ਗੈਰਜ ਖੋਲ੍ਹਣਾ ਚਾਹੁੰਦੇ ਹਾਂ, ਤਾਂ ਸਾਨੂੰ ਇਸ ਦੇ ਵਾਸਤੇ ਹਾਇਰ ਲੈਵਲ ਤੋਂ ਸਾਰੇ ਟੂਲ ਸਾਨੂੰ ਇਹ ਖਰੀਦਣੇ ਪੈਣਗੇ, ਅਤੇ ਜਿਹਨਾਂ ਉੱਤੇ ਖਰਚਾ ਵੀ ਸਾਡਾ ਜ਼ਿਆਦਾ ਆਵੇਗਾ, ਪਰੰਤੂ ਖਰਚਾ ਜਿਹੜਾ ਇਹ ਸਰਕਾਰ ਮੁਹੱਈਆ ਸਾਨੂੰ ਕਰ ਸਕਦੀ, ਸਾਡੀ ਵਿੱਤੀ ਮਦਦ ਸਾਨੂੰ ਸਰਕਾਰ ਕਰ ਸਕਦੀ ਹੈ। ਪਰ ਇਹ ਜ਼ਰੂਰੀ ਹੈ ਕਿ ਸਾਡਾ ਉਸ ਫੀਲਡ ਦੇ ਵਿੱਚ ਜਾਂ ਸਾਡਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਸਾਡੇ ਕੋਲ ਕੁਛ ਫਾਈਨੈਂਸ਼ੀਅਲ ਇਕੁਪਮੈਂਟਸ, ਸਾਡੇ ਕੋਲ ਮਟੀਰੀਅਲ ਆਈਡੈਂਟੀਫਿਕੇਸ਼ਨ ਅਤੇ ਹੈਗੀ ਸਾਡੇ ਕੋਲ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਜ਼ਰੂਰੀ ਹੈ ਕਿ ਵਰਕਸ਼ਾਪ
ਖੋਲ੍ਹਣ ਦੇ ਲਈ ਹਰ ਇੱਕ ਵਿਅਕਤੀ ਨੂੰ ਪੈਸੇ ਦੀ ਲੋੜ ਹੁੰਦੀ ਹੈ। ਹੁਣ ਇਹ ਦੇਖਣਾ ਪਹਿਲਾਂ ਕਿ ਵਰਕਸ਼ਾਪ ਅਸੀਂ ਕਿਹੋ ਜਿਹੀ ਕਰਨੀ ਹੈ। ਜੇਕਰ ਸਾਡੇ ਕੋਲ ਪੈਸਾ ਹੈ, ਸਾਡੀ ਜੇਬ ਇਜਾਜ਼ਤ ਦਿੰਦੀ ਹੈ, ਜਾਂ ਸਾਡੇ ਕੋਲ ਰਿਲੇਟਿਵ ਦਿੰਦੇ ਹੈ, ਜਾਂ ਸਾਡੇ ਪੇਰੈਂਟਸ ਖਰਚ ਕਰ ਸਕਦੇ ਹਾਂ, ਤਾਂ ਤੁਸੀਂ ਆਪਣਾ ਗੈਰਜ ਉਨਾ ਖੋਲ੍ਹ ਸਕਦੇ ਹਾਂ। ਉਸ ਤੋਂ ਬਾਅਦ ਜੇਕਰ ਫਿਰ ਵੀ ਤੁਹਾਨੂੰ ਪੈਸੇ ਦੀ ਲੋੜ ਹੈ, ਪੈਸੇ ਦੀ ਘਾਟ ਹੈ, ਤਾਂ ਸਰਕਾਰ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ, ਹਰ ਇੱਕ ਵੱਡੇ ਸ਼ਹਿਰ ਦੇ ਵਿੱਚ ਇੰਡਸਟਰੀ ਡਿਪਾਰਟਮੈਂਟ ਦੇ ਦਫ਼ਤਰ ਖੋਲ੍ਹੇ ਹੋਏ ਹਨ। ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਵਰਕਸ਼ਾਪ ਖੋਲ੍ਹਣ ਦੇ ਲਈ ਜਾਂ ਗੈਰਜ ਖੋਲ੍ਹਣ ਦੇ ਲਈ ਲੋੜੀਂਦੀ ਰਾਸ਼ੀ, ਜਿੰਨੀ ਤੁਹਾਨੂੰ ਮਦਦ ਦੀ ਲੋੜ ਹੈ, ਉਹ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਲਾਹ ਕਰਕੇ ਉਹ ਤੁਹਾਨੂੰ ਉਹ ਰਾਸ਼ੀ ਜਿਹੜੀ ਤੁਹਾਨੂੰ ਦੇ ਸਕਦੇ, ਸਰਕਾਰ ਮਦਦ ਕਰ ਸਕਦੀ ਹੈ ਉਸ ਦੇ ਨਾਲ। ਇਸ ਤੋਂ ਇਲਾਵਾ ਜਿਹੜੇ ਤੁਹਾਡੇ ਨੇੜੇ ਦੇ ਕੋਈ ਵੀ ਬੈਂਕ ਹੈ, ਉਸ ਬੈਂਕ ਦੇ ਵਿੱਚ ਜਾ ਕੇ ਤੁਸੀਂ ਇਸ ਦੇ ਬਾਰੇ ਸਲਾਹ ਲੈ ਸਕਦੇ ਹਾਂ ਕਿ ਉਹ ਵੀ ਤੁਹਾਨੂੰ ਇਹ ਸਲਾਹ ਦੇਣਗੇ ਕਿ ਤੁਸੀਂ ਇਸ ਬੈਂਕ ਦੇ ਵਿੱਚ, ਉਹ ਤੁਹਾਨੂੰ ਇਹ ਸਰਕਾਰ ਹੈ ਜਿਹੜੀ ਇਸ ਸੰਬੰਧੀ ਕਰਜ਼ਾ ਦਿੰਦੀ ਹੈ। ਆਮ ਤੌਰ 'ਤੇ ਜਿਹੜੇ ਇੰਡਸਟਰੀ ਬੈਂਕ ਹੈ, ਇੰਡਸਟਰੀ ਨਾਲ ਰਿਲੇਟਡ ਹੈ, ਇਹਨਾਂ ਦੀ ਕਲੈਬਰੇਸ਼ਨ ਹੋਈ ਵੀ ਹੈ, ਤਾਂ ਉਹ ਇਸ ਬੈਂਕ ਹੈ ਜਿਹੜੇ ਆਮ ਤੌਰ 'ਤੇ ਇੰਡਸਟਰੀ ਵਾਸਤੇ ਕਰਜ਼ਾ ਜ਼ਰੂਰ ਮੁਹੱਈਆ ਕਰਾਉਂਦੇ ਆ। ਜਿਵੇਂ ਸਾਡੇ ਪਿੰਡਾਂ ਦੇ ਵਿੱਚ ਵੀ ਗ੍ਰਾਮੀਣ ਬੈਂਕ ਖੁੱਲ੍ਹੇ ਹੋਏ ਆ, ਗ੍ਰਾਮੀਣ ਬੈਂਕ ਉਦਯੋਗ ਖੁੱਲ੍ਹੇ ਹੋਏ ਆ, ਉਹਨਾਂ ਤੋਂ ਅਸੀਂ ਕਰਜ਼ਾ ਲੈ ਸਕਦੇ ਹਾਂ। ਤਾਂ ਇਹ ਜਾਂ ਸਰਕਾਰ ਦੇ ਹੋਰ ਕਿਸੇ ਬੈਂਕ ਤੋਂ ਕਰਜ਼ਾ ਲੈ ਸਕਦੇ ਹਾਂ, ਕਿਸੇ ਵੀ ਸਰਕਾਰੀ ਸੰਸਥਾ ਨਾਲ ਵੀ ਸੰਬੰਧ ਕਰਕੇ ਤੁਹਾਨੂੰ ਕਰਜ਼ੇ ਬਾਰੇ ਜਾਂ ਵਿੱਤੀ ਸਹਾਇਤਾ ਬਾਰੇ ਤੁਹਾਨੂੰ ਪਤਾ ਲੱਗ ਸਕਦਾ। ਇਸ ਤੋਂ ਇਲਾਵਾ ਸਾਨੂੰ ਕਰਜ਼ੇ ਵਿੱਚ ਇਹ ਹੈ ਕਿ ਸਰਕਾਰ ਨੇ 20% ਤੋਂ 25% ਤੱਕ ਦੀ ਸਬਸਿਡੀ ਵੀ ਤੁਹਾਨੂੰ ਇਸ ਕਰਜ਼ੇ ਉੱਤੇ ਦਿੰਦੀ ਹੈ। ਜਿਹੜਾ ਤੁਸੀਂ ਕਰਜ਼ਾ ਲਵੋਗੇ ਤਾਂ 25% ਸਰਕਾਰ ਤੁਹਾਨੂੰ ਉਸਦੇ ਉੱਤੇ ਮਾਫ਼ ਕਰੇਗੀ, ਪਰੰਤੂ ਉਹ ਤਾਂ ਮਾਫ਼ ਕਰੇਗੀ ਜੇਕਰ ਤੁਸੀਂ ਉਸ ਕਰਜ਼ੇ ਦੀ ਜਿਹੜੀ ਕਿਸ਼ਤ ਹੈ ਉਹ ਸਮੇਂ ਸਮੇਂ ਸਿਰ ਤੁਸੀਂ ਪੇ ਕਰਦੇ ਹਾਂ, ਸਮੇਂ ਸਮੇਂ ਸਿਰ ਤੁਸੀਂ ਦੇ ਰਹੇ ਹਾਂ। ਅਤੇ ਇਸ ਦੇ ਨਾਲ ਸਾਨੂੰ ਇਹ ਵੀ ਫਾਇਦਾ ਹੋ ਗਿਆ ਕਿ ਸਾਡੇ ਇੱਕ ਪਾਸੇ ਤਾਂ ਸਾਨੂੰ ਫਾਈਨੈਂਸ਼ੀਅਲ ਮਦਦ ਮਿਲ ਜਾਣੀ ਆ, ਅਤੇ ਦੂਸਰੇ ਪਾਸੇ ਤੁਹਾਡੀ ਸਬਸਿਡੀ ਮਿਲੇਗੀ, ਉਸ ਤੋਂ ਬਾਅਦ ਸਾਡਾ ਜਿਹੜੀ ਕੰਮ ਦੀ ਇੰਸ਼ੋਰੈਂਸ ਵੀ ਹੋ ਜਾਂਦੀ ਹੈ, ਉਹ ਸਾਡੇ ਬੀਮਾ ਵੀ ਹੋ ਜਾਂਦਾ ਕੰਮ ਦਾ। ਇਸ ਦੇ ਨਾਲ ਇਹ ਵੀ ਹੈ ਕਿ ਜਦੋਂ ਤੁਸੀਂ ਬੈਂਕ ਦੇ ਨਾਲ ਟਾਈ ਅਪ ਕਰਦੇ ਹਾਂ, ਕਰਜ਼ੇ ਸੰਬੰਧੀ ਕਿਸੇ ਤਰ੍ਹਾਂ ਦੀ ਟਾਈ ਅਪ ਕਰਦੇ ਹਾਂ, ਤਾਂ ਉਹ ਜਿਹੜਾ ਸਮਾਨ ਹੈ ਤੁਸੀਂ ਰਾ ਮਟੀਰੀਅਲ ਖਰੀਦਣਾ ਚਾਹੁੰਦੇ ਹਾਂ, ਤਾਂ ਤੁਸੀਂ ਉਸ ਆਪਣੀ ਸੰਬੰਧਿਤ ਟ੍ਰੇਡ ਦੇ ਨਾਲ, ਆਟੋ ਟ੍ਰੇਡ ਦੇ ਨਾਲ ਸੰਬੰਧਿਤ ਸਪੇਅਰ ਪਾਰਟ ਦੀ ਲਿਸਟ ਬਣਾ ਕੇ ਵੀ ਉਸ ਸਰਕਾਰ ਨੂੰ ਦੇ ਸਕਦੇ ਹਾਂ, ਉਸ ਦੀਆਂ ਕੋਟੇਸ਼ਨਾਂ ਦੇ ਸਕਦੇ ਬੈਂਕ ਨੂੰ। ਉਹ ਕੋਟੇਸ਼ਨਾਂ ਦੇ ਤੋਂ ਉਪਰੰਤ ਉਹ ਤੁਹਾਡਾ ਸਰਕਾਰ ਕਰਜ਼ਾ ਤੁਹਾਡੀ ਲੋੜ ਮੁਤਾਬਕ, ਤੁਹਾਡੀ ਜਗ੍ਹਾ ਦੇਖ ਕੇ, ਤੁਹਾਡੇ ਸਰਟੀਫਿਕੇਟ ਵਗੈਰਾ ਚੈੱਕ ਕਰਕੇ ਲੋੜ ਮੁਤਾਬਕ ਤੁਹਾਨੂੰ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਦੇਵੇਗੀ, ਅਤੇ ਉਹਦੇ ਵਿੱਚ ਤੁਹਾਨੂੰ ਸਪੇਅਰ ਪਾਰਟ ਵਾਸਤੇ ਵੀ, ਜਗ੍ਹਾ ਵਾਸਤੇ ਵੀ, ਕੁਛ ਉਸ ਨੂੰ ਅੱਗੇ ਵਧਾਉਣ ਵਾਸਤੇ ਵੀ ਸਰਕਾਰ ਕਰਜ਼ਾ ਦਿੰਦੀ ਹੈ। ਇਸ ਤਰ੍ਹਾਂ ਜਿਹੜੀ ਵੀ ਤੁਸੀਂ ਚੀਜ਼ ਖਰੀਦਣਾ ਚਾਹੁੰਦੇ ਹਾਂ, ਆਪਣੀ ਵਰਕਸ਼ਾਪ ਦੇ ਵਿੱਚ ਕਰਨਾ ਚਾਹੁੰਦੇ ਹਾਂ, ਵਾਧਾ ਕਰਨਾ ਚਾਹੁੰਦੇ ਹਾਂ, ਉਸ ਦੀਆਂ ਘੱਟੋ ਘੱਟ ਤੁਸੀਂ ਜਦੋਂ ਕਰਜ਼ ਬੈਂਕ ਦੇ ਵਿੱਚ ਜਾਣਾ, ਤੁਹਾਨੂੰ 3-3 ਕੋਟੇਸ਼ਨਾਂ ਜਿਹੜੀਆਂ ਉਸ ਦੀਆਂ ਲੈਣੀਆਂ ਪੈਣਗੀਆਂ, ਉਸ ਦੀ ਜਿਹੜੀ ਜਿਸ ਦੀ ਵੀ ਘੱਟ ਕੀਮਤ ਹੋਵੇਗੀ, ਤਾਂ ਸਰਕਾਰ ਤੁਹਾਨੂੰ ਉਸ ਦੇ ਮੁਤਾਬਕ ਤੁਹਾਨੂੰ ਉਹਨਾਂ ਕਰਜ਼ਾ, ਉਹਨਾਂ ਸਪੇਅਰ ਪਾਰਟ ਖਰੀਦਣ ਦੇ ਲਈ ਜਾਂ ਉਨੀ ਇੰਡਸਟਰੀ ਦਾ ਸਮਾਨ ਖਰੀਦਣ ਵਾਸਤੇ, ਵਰਕਸ਼ਾਪ ਦੇ ਟੂਲਸ, ਇਕੁਪਮੈਂਟ ਜਾਂ ਜਿਹੜੀ ਮਸ਼ੀਨਰੀ ਦੀ ਲੋੜ ਹੈ, ਉਹ ਸਰਕਾਰ ਉਨੀ ਤੁਹਾਨੂੰ ਮੁਹੱਈਆ ਕਰਾ ਦੇਵੇਗੀ। ਅਤੇ ਉਸ ਤਰ੍ਹਾਂ ਤੁਸੀਂ ਫਿਰ ਸਮਾਨ ਸਸਤਾ ਅਤੇ ਵਧੀਆ ਕੁਆਲਿਟੀ ਦਾ ਤੁਸੀਂ ਆਪਣੀ ਲੋੜ ਮੁਤਾਬਕ ਖਰੀਦ ਸਕਦੇ ਹਾਂ। ਅੱਗੇ ਸਾਡੇ ਕੋਲ ਹੈਗਾ ਮਾਰਕੀਟ ਸਰਵੇ। ਸਾਨੂੰ ਕੰਮ ਕਰਨ ਤੋਂ ਪਹਿਲਾਂ ਮਾਰਕੀਟ ਦਾ ਸਰਵੇ ਕਰਨਾ ਬਹੁਤ ਜ਼ਰੂਰੀ ਹੈ, ਕਿ ਜਿਸ ਦੇ ਨਾਲ ਸਾਨੂੰ ਇਹ ਪਤਾ ਲੱਗ ਸਕੇ ਕਿ ਮਾਰਕੀਟ ਦੇ ਵਿੱਚ ਇਸ ਰੁਪਿਆ ਦੇ ਇਹ ਰੇਟ ਚੱਲ ਰਹੇ ਹਨ, ਇਹ ਸਮਾਨ ਦੇ ਇਹ ਰੇਟ ਚੱਲਦੇ ਹਨ, ਕਿ ਉਹ ਜਿਵੇਂ ਕਿ ਇੰਜਨ ਓਵਰਹਾਲਿੰਗ ਦੇ ਕਿੰਨੇ ਚਾਰਜ ਹਨ, ਕਲੱਚ ਰਿਪੇਅਰ ਦੇ ਕਿੰਨੇ ਚਾਰਜ ਹਨ, ਗੇਅਰ ਬੋਕਸ ਦੇ ਕਿੰਨੇ ਚਾਰਜ ਹਨ, ਡਿਫਰੈਂਸ਼ੀਅਲ ਰਿਪੇਅਰ ਦੇ ਕਿੰਨੇ ਚਾਰਜ ਹਨ,
ਜਿਵੇਂ ਗ੍ਰੀਸਿੰਗ ਦੇ ਕਿੰਨੇ ਚਾਰਜ ਲਿੱਤੇ ਜਾਂਦੇ ਹਨ। ਇਸ ਤਰ੍ਹਾਂ ਸਾਨੂੰ ਹਰ ਇੱਕ ਚੀਜ਼ ਦਾ ਸਾਨੂੰ ਸਰਵੇ ਕਰਨਾ ਇਹ ਬਹੁਤ ਜ਼ਰੂਰੀ ਹੈ ਕਿ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਸ ਮਾਰਕੀਟ ਦੇ ਵਿੱਚ ਇਹਨਾਂ ਰੇਟਾਂ ਦੇ ਨਾਲ ਇਹੋ ਜੀ ਰੁਪਿਆ ਦਾ ਰੇਟ ਚੱਲ ਰਿਹਾ। ਜੇਕਰ ਅਸੀਂ ਮਾਰਕੀਟ ਦੇ ਨਾਲੋਂ ਵੱਧ ਰੇਟ ਲਾਵਾਂਗੇ ਤਾਂ ਸਾਡੇ ਕੋਲ ਕੋਈ ਕਸਟਮਰ ਨਹੀਂ ਰੁਕੇਗਾ। ਜੇ ਅਸੀਂ ਮਾਰਕੀਟ ਦੇ ਹਿਸਾਬ ਨਾਲੋਂ ਘੱਟ ਰੇਟ ਲਵਾਂਗੇ ਤਾਂ ਸਾਡੇ ਕੋਲ ਗਾਹਕ ਹੈ ਜਿਹੜੇ ਜ਼ਿਆਦਾ ਵੀ ਆ ਸਕਦਾ ਹੈ। ਅਤੇ ਉਸਦੇ ਨਾਲ ਇਹ ਹੈ ਕਿ ਸਾਡੀ ਮਾਰਕੀਟ ਵੀ ਜ਼ਿਆਦਾ ਬਣੇਗੀ ਅਤੇ ਕਸਟਮਰ ਵੀ ਸੈਟਿਸਫਾਈ ਹੋਏਗਾ ਅਤੇ ਰੇਟ ਹੈ ਜਿਹੜਾ ਉਹ ਵੀ ਸਾਨੂੰ ਮਾਰਕੀਟ ਦੇ ਹਿਸਾਬ ਨਾਲ ਹੀ ਲਾਉਣਾ ਪਵੇਗਾ। ਇਸ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਵਰਕਸ਼ਾਪਾਂ ਵਾਲੇ ਜਾਂ ਦੁਕਾਨਾਂ ਵਾਲੇ ਜਾਂ ਏਜੰਸੀਆਂ ਵਾਲੇ ਸਮਾਨ ਆਪਣੇ ਕੋਲੋਂ ਪਾ ਕੇ ਘੱਟ ਪੈਸੇ ਚਾਰਜ ਕਰਦੇ ਹਨ। ਇਸ ਤਰ੍ਹਾਂ ਵੀ ਸਾਨੂੰ ਇਹ ਸੋਚਣਾ ਪਵੇਗਾ ਕਿ ਇਸ ਦੇ ਸਮਾਨ ਜਿਹੜੀ ਕੀਮਤ ਹੈ ਸਾਨੂੰ ਇਸ ਤਰ੍ਹਾਂ ਸਾਡਾ ਵਧੀਆ ਮੁਨਾਫਾ ਮਿਲੇਗਾ ਅਤੇ ਇਸ ਤਰ੍ਹਾਂ ਸਾਡਾ ਕੰਮ ਜਿਹੜਾ ਵਧੀਆ ਚੱਲ ਸਕੇਗਾ। ਇਸ ਲਈ ਮਾਰਕੀਟ ਦਾ ਸਰਵੇ ਕਰਨਾ ਜਿਹੜਾ ਇਹ ਬਹੁਤ ਜ਼ਰੂਰੀ ਹੈ।